बिस्मिल्लाहिर्रहमानिर्रहीम, अस्सलाम वालेकुम सारे भैन भैया, अल्लाह पाक खुश रखे, आबाद रखे। चैनल सब्सक्राइब नहीं किया हमारा अली ब्लॉग से कर लिया ताकि हर वीडियो पर वक्त तैनू मिल सके। अच्छा जी, मैं लगी हाँ शाम का खाना बनाऊँ, दोपहर की चाय पीती है, बर्तन शर्तन धोते हैं, तो भैन च ना इन्नी चाय पई है, मैं रखी है, मैं जो दिल किया तो पी लूँगी, जो ना दिल किया तो फिर अल्लाह बई चाह नीरा जहर होंगी। हेलो, ਤੇ ਮੈਨੂੰ ਨਾ ਅੱਜ ਬੁਖਾਰ ਆ, ਮੈਨੂੰ ਲੱਗਦਾ ਤੇ ਮੈਂ ਸਿਰ ਚ ਪਾ ਫਿੱਟੀ ਆ ਤੇਲ ਰੱਜ ਕੇ, ਤੇ ਹੁਣ ਮੈਂ ਫੇਸ ਵਾਸ਼ ਨਾ ਮੂੰਹ ਧੋਤਾ ਵਾ, ਮੈਂ ਕਿਹਾ ਮੈਂ ਵੀਡੀਓ ਚ ਕਾਲੀ ਨਾ ਲੱਗਾ, ਤੇ ਮੈਂ ਵੀਡੀਓ ਵੀ ਧੁੱਪਾ ਨੂੰ ਸ਼ੁਰੂ ਕਰ ਰਹੀ ਹਾਂ, ਜੇ ਛਾਲ ਸ਼ੁਰੂ ਕਰੀਏ ਤੇ ਬੰਦਾ ਕਾਲਾ ਲੱਗਦਾ। ਤੇ ਅੱਜ ਮੈਂ ਬਣਾ ਰਿਹਾ ਸਾਬਤ ਮੈਸੇ ਤੇ ਖਾਵਾਂਗੇ ਰੱਜ ਕੇ। ਕੱਲ੍ਹ ਕਰੇਲੇ ਬਾਜੀ ਨੇ ਖਾਧੇ, ਅੰਮਾ ਜੀ ਨੇ ਜਿਹੜਾ ਨਾ ਏਡੇ ਮਤਲਬ ਪਿਆਜ਼ ਪਿਆਜ਼ ਖਾਧਾ, ਕਿਉਂਕਿ ਐਲਰਜੀ ਕਰਕੇ ਨਹੀਂ ਤਾਂ ਪਸੰਦ ਬਹੁਤ ਆ। ਅੱਜ ਆਪਾਂ ਜੀ ਕਿਹਾ ਸਾਬਤ ਮਸਰ ਬਣਾ, ਅਤੇ ਮੈਂ ਬਣਾ ਲਈ ਆ ਸਾਬਤ ਮਸਰ, ਚੱਲਦੇ ਹਾਂ ਹੁਣ ਅਤੇ ਗੱਡਾ ਲਸਣ ਕਰਦੇ ਹਾਂ। ਲਸਣ ਅਲੀ ਨੇ ਸੁਲਿਆ ਹੋਇਆ, ਮੈਂ ਸਿਰਫ ਟਮਾਟਰ ਪਿਆਜ਼ ਕੱਟਣੇ। ਮੈਂ ਜੀ ਕਿਹਾ ਬਾਹਰ ਕੱਢੀਆਂ, ਇੱਥੇ ਹਵਾ ਚੱਲ ਰਹੀ ਹੈ, ਮੌਸਮ ਨਾ ਬਾਰਿਸ਼ਾਂ ਪਈਆਂ ਕਰਕੇ ਠੰਡਾ ਵਾ ਅਤੇ ਮੱਠੀ ਮੱਠੀ ਆਵਾਜ਼। ਬੋਲ ਚ ਕੀ ਹੈ? ਬੋਲ ਚ ਮੈਂ ਸਾਬਤ ਮਸਰ ਭੇਕ ਰੱਖੇ ਹੋਏ, ਹੋ ਗਿਆ ਅੱਧਾ ਕੁ ਘੰਟਾ ਭੇਜ ਲਿਆ ਨਾ। ਫਿਰ ਨਾ ਜਲਦੀ ਨਰਮ ਹੋ ਜਾਂਦੇ। ਹੈਲੋ, ਅੱਛਾ ਜੀ, ਹਾਂਜੀ ਬਾਹਰ ਚਲੇ ਗਏ ਸੀ, ਮੈਂ ਲਸਣ ਕੁੱਟ ਕੇ ਰੱਖ ਕੇ ਆਈ ਹਾਂ, ਆਟਾ ਛਾਣਿਆ ਵਾ ਅਤੇ ਆਟਾ ਖਤਮ ਹੋ ਗਿਆ ਸੀ ਅਤੇ ਮੈਂ ਡਰੰਮੀ ਧੋ ਕੇ ਰੱਖੀ। ਹਾਂਜੀ, ਅੱਜ ਦੀ ਵੀ ਧੁੱਪ ਲਵਾਉਣੀ, ਸਵੇਰ ਦੀ ਵੀ ਆਟਾ ਪਿਆਇਆ ਹੋਇਆ, ਫਿਰ ਡਰੰਮੀ 'ਚ ਪਾਉਣਾ। ਇੱਕ ਘੰਟਾ ਹੋ ਗਿਆ ਮੈਂ ਸਾਬਤ ਮਸਰ ਨਾ ਪਾਣੀ 'ਚ ਭੇਕ ਰੱਖੇ ਸੀ, ਪੇਸਟ ਬਣਾ ਲਿਆ, ਟਮਾਟਰ ਮਿਰਚਾਂ ਪਿਆਜ਼ ਅਤੇ ਕੜਾਹੀ ਰੱਖ ਲਈ ਆ, ਹੋਇਲ ਪਾਉਣੀ ਆ ਵਿੱਚ ਅਤੇ ਆਟਾ ਵੀ ਛਾਣ ਲਿਆ ਇੱਧਰੋਂ, ਹੋਇਲ ਪਾ ਲਿਆ, ਹੋਇਲ ਨੂੰ ਚੰਗੀ ਤਰ੍ਹਾਂ ਗਰਮ ਕਰਦੀ ਹਾਂ। ਹੋਇਲ ਗਰਮ ਹੋ ਗਿਆ, ਪਿਆਜ਼ ਪਾ ਲੈਂਦੇ ਹਾਂ, ਮਿਕਸ ਕਰਦੇ ਹਾਂ। ਫਿਰ ਜੀ ਇੱਕ ਸਾਬਤ ਗੰਡਾ ਰਹਿ ਗਿਆ, ਇਹ ਤੇ ਪੁਰਾਣੀ ਗੱਲ ਹੈ, ਪਤਾ ਨਹੀਂ ਅਲੀ ਮੈਨੂੰ ਨਜ਼ਰ ਐਨਕ ਨਹੀਂ ਲੱਗਣੀ, ਐਨਕ ਨਹੀਂ ਲੱਗਣੇ ਵਾਲੀ ਸ਼ਾਦੀ ਦੇ ਜਿਹੜਾ ਉਹ ਸ਼ੁਰੂਆਤੀ ਟਾਈਮ ਤੋਂ ਜਿਹੜਾ ਇਹ ਤੂੰ ਸਾਬਤ ਚੀਜ਼ਾਂ ਵਿੱਚ ਰੱਖਦੀ ਹੁੰਦੀ, ਇੱਕ ਨਾ ਇੱਕ ਵਿੱਚ ਰਹਿ ਹੀ ਜਾਂਦਾ, ਕਦੀ ਪਿਆਜ਼ ਕਦੀ ਬਸ। ਹਾਂ, ਬੱਲੇ ਬੱਲੇ ਸਿਰ ਬਹੁਤਾ ਖਾਣੇ, ਤੇਰੇ ਸਿਰ 'ਚ ਹੈ ਕੀ ਸੀ? ਬੀਬੀਆਂ ਦੀ ਕਿਚਨ ਚ ਕੰਮ ਕਰ ਕਰਕੇ ਉਹ ਜੀ ਗਰਮੀ ਚ ਮੱਤ ਮਾਰੀ ਹੁੰਦੀ, ਇੰਨਾ ਟਾਈਮ ਨੀ ਲੱਗਦਾ, ਜ਼ਿਆਦਾ ਟਾਈਮ ਐਵੇਂ ਜਾਣ ਬੁੱਝ ਕੇ ਜ਼ਾਇਆ ਕਰਦੀਆਂ। ਜਿਹੜੇ ਤੇ ਅੰਮਾ ਜੀ ਸ਼ੌਕ ਨਾਲ ਖਾਂਦੇ ਨੇ।
ਰੋਡ ਵਿੱਚ ਚੁੱਕ ਲਏ ਸਨ ਹੁੰਦੇ ਨੇ ਨਮਾਜ਼ ਪੜ੍ਹੀ ਆ ਸਕਦੀ ਹੈ ਜ਼ਿਆਦਾ ਸੰਘਣੀ ਨਾ ਕਰੀ ਬੰਦ ਕਰ ਦੇਣਾ ਹਰੀਆਂ ਮਿਰਚਾਂ ਵਿੱਚ ਪਈਆਂ ਅੱਛਾ ਜੀ 2 ਮਿੰਟ ਵਾਸਤੇ ਗਰਮ ਮਸਾਲਾ ਪਾ ਕਵਰ ਕਰ ਲਈਆ ਦਾਲ ਸਾੜੀ ਹੋ ਗਈ ਤਿਆਰ ਹੁਣ ਚੁੱਲ੍ਹਾ ਬੰਦ ਕਰ ਦੇਣਗੇ ਅਲੀ ਅੱਜ ਅਮਾਦੀ ਹਾਂ ਦੇਖ ਨਹੀਂ ਜਾਣਗੇ ਕਿਉਂਕਿ ਮੇਰੇ ਨਾਲ ਸਿਰ ਦਰਦ ਦਾ ਬੁਖਾਰ ਆ ਅਤੇ ਇਸ ਕਰਕੇ ਜਿਹੜਾ ਨਾ ਮੈਂ ਨਹੀਂ ਜਾ ਰਹੀ ਅਤੇ ਮੈਂ ਤੁਹਾਨੂੰ ਪਾ ਦਵਾਂ ਤੁਹਾਡੇ ਠੰਡਾ ਹੁੰਦਾ ਸਾਰੇ ਨੂੰ ਪੁੱਛ ਦਿਓ ਮੈਂ ਫਿਰ ਜਿਹੜਾ ਟਾਈਮ ਨਾਲ ਜਾਵਾਂ ਕੁਰਾਨੀ ਪਾਕ ਪੜ੍ਹਿਆ ਵਾ ਨਮਾਜ਼ ਪੜ੍ਹੀ ਆ ਚਾਏ ਪੀਤੀ ਆ ਅਤੇ ਇਹ ਵਾਲਾ ਘਾਹ ਨਾ ਕੱਲ੍ਹ ਬਾਈ ਅਪਰੀਦੀ ਅਗਲੇ ਦਿਨ ਉਹ ਵਾਲਾ ਦੇਖ ਗਿਆ ਸੀ ਬਾਈ ਦੋ ਦਿਨ ਹੋ ਗਏ ਆ ਅਤੇ ਰਾਤੀ ਇਹ ਵਾਲਾ ਦੇਖ ਗਏ ਆ ਅਤੇ ਅਲੀ ਨੇ ਨਾ ਸੁਬਹਾ ਬਹੁਤ ਜ਼ਿਆਦਾ ਬਾਰਿਸ਼ ਪਈ ਆ ਇਹ ਦੇਖੋ ਨਾ ਬਾਰਿਸ਼ ਨਾਲ ਸਾਰੀ ਮਿੱਟੀ ਖੁਰ ਗਈ ਹੋਈ ਆ ਅਤੇ ਇਹ ਸਾਰੀ ਇਹ ਬਾਰਿਸ਼ ਦਾ ਕੰਮ ਆ ਬਹੁਤ ਜ਼ਿਆਦਾ ਬਾਰਿਸ਼ ਪਈ ਆ ਅਤੇ ਇਹ ਵਾਲਾ ਘਾਹ ਸਾਡਾ ਹੁਣ ਜਿਹੜਾ ਨਾ ਸਾਰਾ ਸਹੀ ਚਲੇਗਾ ਅਤੇ ਬਾਰਿਸ਼ ਸੀ ਬਾਰਿਸ਼ ਦਾ ਪੱਤਰ ਖੁਸ਼ਕ ਹੁੰਦਾ ਇਸ ਕਰਕੇ ਅਲੀ ਨੇ ਨਾ ਪਾਣੀ ਛੋੜਿਆ ਹੋਇਆ ਵਾ ਇਹ ਸਾਰਾ ਇੱਧਰ ਤਿੱਕਰ ਲੱਗ ਗਿਆ ਸਾਰਾ ਲੱਗ ਗਿਆ ਵਾ ਇਹ ਜੀ ਸਪੀਕਰ ਸਾਡਾ ਖਿਲਿਆ ਹੋਇਆ ਮਾਸ਼ਾਅੱਲਾ ਉਹ ਫੁੱਲ ਵੀ ਬੜੇ ਹੀ ਸੋਹਣੇ ਆ ਉਹ ਵਾਲੇ ਹਾਂਜੀ ਇਹ ਸਾਰਾ ਭਰ ਜਾਏਗਾ ਨਾ ਅਤੇ ਮਾਸ਼ਾਅੱਲਾ ਧੁੱਪ ਨਿਕਲੀ ਹੁੰਦੇ ਕੜਾਕੇ ਦੀ ਹਾਲੀ ਇੱਧਰ ਫਰਸ਼ ਧੋ ਰਹੇ ਆ ਕਿਉਂਕਿ ਮੌਸਮ ਸੁਬਹਾ ਦੇ ਬੱਦਲ ਸੀਗੇ ਹੁਣ ਹਲੇ ਵੀ ਹੈ ਲੇਕਿਨ ਗਏ ਨਹੀਂ ਹੈ ਲੇਕਿਨ ਹੁਣ ਅਲੀ ਨੇ ਪੌਦਿਆਂ ਨੂੰ ਪਾਣੀ ਪਾਉਣਾ ਸੀ ਅਤੇ ਗੁਲਦੁਪਹਿਰੀ ਨੂੰ ਵੀ ਪਾਤਾ ਜਾਮਨਾ ਨੂੰ ਵੀ ਪਾਤਾ ਅਗਰ ਕਿਸੇ ਬੰਦੇ ਨੇ ਸਾਡੇ ਕੋਲ ਜਾਮਨਾ ਲੈਣੀਆਂ ਤਾਂ ਉਹ ਲੈ ਸਕਦਾ ਵਾ ਦੇਖੋ ਨਾ ਬਾਰਿਸ਼ ਪਈ ਹੈ ਤਾਂ ਹਲੇ ਵੀ ਆ ਦੇਖੋ ਮਿੱਟੀ ਪਾਣੀ ਪੀ ਰਹੀ ਗੁੜ 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 ਕਰਕੇ ਮਾਸ਼ਾਅੱਲਾ ਜੀ ਗੁਲ ਦੁਪਹਿਰੀ ਸਾਡੀ ਐਨਾ ਪੌਦਿਆਂ ਨੂੰ ਵੀ ਪਾਣੀ ਪਾ ਦਿਓ ਸਿਲੰਡਰ ਨਵਾਂ ਦੇਖ ਗਿਆ ਨਾ ਬਾਈ ਹਾਂ ਮੈਂ ਕਿਹਾ ਬੁੱਕਦਿਆਂ ਲਈ ਆ ਦਵਾਈ ਰੱਖਤੀ ਨਾ ਗੰਦਮ ਵਿੱਚ ਹਾਂ ਕੱਲ੍ਹ ਰੱਖੀ ਸੀ ਗੰਦਮ ਵਿੱਚ ਦਵਾਈ ਕਿਉਂਕਿ ਮੈਨੂੰ ਇੱਕ ਸੁਸਰੀ ਓਡਰ ਦੀ ਦੇਖੀ ਹੈ ਤਾਂ ਮੈਂ ਤਾਂ ਕਰਕੇ ਪੁੱਛਿਆ ਅੱਛਾ ਜੀ ਅੱਗੇ ਅੱਗੇ ਕਲਰ ਹੁੰਦਾ ਵਾ ਹਾਂ ਕਰ ਲਓ ਭੈਣਾ ਅੱਛਾ ਜੀ ਕਮੈਂਟ ਅੱਛਾ 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 ਹਾਂ ਜਿਵੇਂ ਆ ਤਿਲ ਕਨਾਲੀ ਨੂੰ ਹੁੰਦਾ ਹਾਂ ਕਰਵਾਓ ਸੋਹਣਾ ਲੱਗੇਗਾ ਬਾਈ ਫਿਆਜ਼ ਕੋ ਕਰਾਵਾਂਗੇ ਆਇਆ ਤਾਂ ਹਾਂ
ਅੱਛਾ ਜੀ, ਅੱਗੇ ਇੱਧਰ ਆ ਲੈਣਾ ਪਾਇਆ ਸੀ ਇੱਧਰੋਂ, ਹੁਣ ਉਹ ਜਿਹੜਾ ਨਾ ਸ਼ਰਮਾ ਕੇ ਬੈਕ ਸਾਈਡ ਤੇ ਸ਼ਿਫਟ ਹੋ ਗਈਆਂ। ਉਹ ਹੋਰ ਆਂਡਾ ਟੁੱਟ ਗਿਆ। ਆ ਉੱਥੇ ਅੰਗੂਰ ਵੀ ਖਾਣ ਕੇ ਉੱਥੇ ਇਹਨਾਂ ਦੇ ਘਰ ਲਾ ਦੇਣੇ ਆ, ਵੱਲ ਨਾ ਪੈ ਜੇ। ਇਹ ਮੋਟਰ ਨੂੰ ਸਪਲਾਈ ਚ ਨਾਲੇ ਕਹਿੰਦੇ ਸੀ ਤੇਲ ਪਾਉਣਾ, ਆਵਾਜ਼ ਕਰਦੀ ਹੈ। ਅੱਛਾ, ਇੰਨਾ ਸੁੱਖਾ ਉਧਰਲਾ ਪੈਪ, ਉਧਰਲੀ ਤੇ ਮੋਟਰ ਤਾਂ ਧੋਲੀ ਦਾ, ਇਧਰਲਾ ਇਧਰਲੀ ਤੇ ਧੋਲੀ ਦਾ ਵਾ। ਤੇ ਮਾਸ਼ਾਅੱਲਾ ਜੀ ਕੋਈ ਸੋਹਣੇ ਬੂਟੇ ਸਾਡੇ, ਕੋਈ ਸੋਹਣੇ ਮਾਸ਼ਾਅੱਲਾ। ਇਹ ਇਧਰੋਂ ਸ਼ਾਰਟਾਂ ਪਾ ਲਿਆ ਜੀ, ਇਹ ਦੇਖੋ ਨਵੀਆਂ ਸ਼ਾਖਾ ਕਿੱਡੀਆਂ ਸੋਹਣੀਆਂ ਨਿਕਲੀਆਂ ਵਾ। ਇੱਥੇ ਸੋਹਣੇ ਲੱਗਦੇ। ਪੁਦੀਨੇ ਦਾ ਸੀਜ਼ਾਨਾ ਜੀ ਕਾਹਵਾ ਪੀਦਾ ਵਾ ਸ਼ਾਮਾਂ ਨੂੰ। ਮੈਨੂੰ ਨਾ ਸਾਹ ਬਹੁਤ ਜ਼ਿਆਦਾ ਚੜ ਰਿਹਾ ਵਾ, ਮੇਰਾ ਮਿਹਦਾ ਖਰਾਬ ਆ। ਮਾਸ਼ਾਅੱਲਾ 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 ਅਲੀ ਤੇ ਮੇਰਾ। ਚਲੋ ਜੀ, ਅਲੀ ਸਾਰਾ ਫਰਸ਼ ਧੋਲਣ, ਚਾਹ ਵੀ ਪੀ ਲਈ ਆ, ਬਰਤਨ ਵੀ ਧੋ ਲਏ ਆ। ਤੇ ਮੈਂ ਹੁਣ ਨਾ ਅੰਮੀ ਜੀ ਨਾਲ ਥੋੜ੍ਹੀ ਦੇਰ ਗੱਲ ਕਰਦੀ ਹਾਂ, ਕਿਉਂਕਿ ਕੱਲ੍ਹ ਦੀ ਕੀਤੀ ਨਹੀਂ ਹੈਗੀ। ਅਗਰ ਇਹ ਵੀਡੀਓ ਸਾਡੇ ਭੈਣ ਭਾਈ ਅੱਛੀ ਲੱਗੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਾਨੂੰ ਦਿਓ ਇਜਾਜ਼ਤ। ਰੱਬ ਸੁਣਦੇ ਹਵਾਲੇ, ਰੱਬ ਰਾਖਾ, ਅੱਲਾ ਹਾਫਿਜ਼।